ਗੁਰੂ ਪਿਆਰਿਓ ਆਪਾਂ ਜਿਹੜੀਆਂ ਬੇਨਤੀਆਂ ਅੱਜ ਸਾਂਝੀਆਂ ਕਰਨੀਆਂ ਨੇ ਪਿਆਰਿਓ ਭਾਈ ਕਰਨੈਲ ਸਿੰਘ ਪੰਜੋਲੀ ਵੀ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਕੰਮ ਦੀ ਜਿਹੜੀ ਹੈ ਉਹ ਸ਼ਲਾੰਗਾ ਕਰਦੇ ਨੇ ਜੋ ਤੱਕ ਜੋ ਹੁਣ ਤੱਕ ਉਹਨਾਂ ਨੇ ਕਾਰਜ ਕੀਤੇ ਨੇ ਉਹਨਾਂ ਨੂੰ ਇੱਕ ਸਜ਼ਾ ਲੱਗ ਸਕਦੀ ਹੈ ਵੱਡੀ ਮੈਂ ਇੱਕ ਬੇਨਤੀਆਂ ਇੱਥੇ ਸਾਂਝੀਆਂ ਕਰਨੀਆਂ ਤੁਹਾਡੇ ਨਾਲ ਕਿਉਂਕਿ ਪੰਥ ਦੇ ਵਿੱਚ ਰਾਜਨੀਤੀ ਐਂਟਰ ਹੋਈ ਤੇ ਰਾਜਨੀਤੀ ਐਂਟਰ ਹੋਣ ਤੋਂ ਬਾਅਦ ਇਹ ਸਾਰਾ ਬਖਰੇਵਾ ਚੱਲਿਆ ਜੇਕਰ ਪੰਥ ਦੇ ਵਿੱਚ ਰਾਜਨੀਤੀ ਐਂਟਰ ਨਾ ਨਾ ਹੋਵੇ ਤੇ ਸ਼ਾਇਦ ਪੰਥ ਦਾ ਕੁਝ ਭਲਾ ਹੋ ਜਵੇ ਇਹ ਬੇਨਤੀਆਂ ਮੈਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤਾਂ ਫਤਿਹ ਬੁਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਕਿ ਧਰਮ ਤੇ ਰਾਜਨੀਤੀ ਜ਼ਰੂਰੀ ਨੇ ਧਰਮ ਜਿਹੜਾ ਉਹ ਅਸਵਾਰ ਹੋਵੇ ਤੇ ਰਾਜਨੀਤੀ ਘੋੜਾ ਹੋਵੇ ਪਰ ਅਸੀਂ ਲੋਕਾਂ ਨੇ ਕੰਮ ਉਲਟ ਕਰਤਾ ਜਿਹੜੀ ਰਾਜਨੀਤੀ ਸੀ ਉਹਨੂੰ ਅਸਵਾਰ ਬਣਾਤਾ ਧਰਮ ਨੂੰ ਘੋੜਾ ਬਣਾਤਾ ਤੇ ਅੱਜ ਜਿੱਧਰ ਨੂੰ ਜੀ ਕਰਦਾ ਅਸੀਂ ਆਪਣੇ ਹਿਸਾਬ ਨਾਲ ਦਵੱਲੀ ਫਿਰਦੇ ਆ ਕੋਈ ਪਰਵਾਹ ਨਹੀਂ ਜੀ ਗੁਰੂ ਦੀ ਕੋਈ ਪਰਵਾਹ ਨਹੀਂ ਜੀ ਕਿਸੇ ਦੀ ਕੋਈ ਆਪਣੇ ਹਿਸਾਬ ਨਾਲ ਚਲਾਈ ਫਿਰੇ ਕੋਈ ਆਪਣੇ ਹਿਸਾਬ ਨਾਲ ਚੱਲੀ ਫਿਰੇ ਕੋਈ ਕਿੱਧਰ ਨੂੰ ਚੱਲੀ ਫਿਰੇ ਕੋਈ ਪਰਵਾਹ ਨਹੀਂ ਜਿੱਧਰ ਮਰਜੀ ਕੋਈ ਚੱਲਦਾ ਫਿਰੇ ਅਸੀਂ ਕਿਸੇ ਨੂੰ ਟੋਕ ਹੀ ਨਹੀਂ ਸਕਦੇ ਜਿੱਧਰ ਮਰਜੀ ਕੋਈ ਚੱਲਦਾ ਫਿਰੇ ਨਾ ਚੱਲਦਾ ਫਿਰੇ ਅਸੀਂ ਕਹਿੰਦੇ ਆ ਵੀ ਚਲੋ ਕੋਈ ਨਾ ਜੀ ਅੱਜ ਸਹੀ ਕੱਲ ਸਹੀ ਐਂ ਜੀ ਫਲਾਣਾ ਜੀ ਅਸੀਂ ਇਹ ਚੀਜ਼ਾਂ ਕਰਦੇ ਰਹਿੰਨੇ ਆ ਸੋ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਤੁਸੀਂ ਵੇਖਿਆ ਨਾ ਕਿ ਰਾਜਨੀਤੀ ਕਰਕੇ ਹੀ ਸਭ ਕੁਝ ਹੁੰਦਾ ਹੈ ਅਕਾਲ ਤਖਤ ਅਸੀਂ ਕਹਿੰਦੇ ਆਂ ਵੀ ਸਰਮੌਰ ਸੰਸਥਾ ਤੇ ਸਿੱਖਾਂ ਦਾ ਦਿਲ ਹੈ ਜੀ ਸਰਮੌਰ ਇਦਾਲਤ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ੍ਰੀ ਅਕਾਲ ਤਖਤ ਸਾਹਿਬ ਉਸ ਦੇ ਦਿੱਤੇ ਹੋਏ ਫੈਸਲੇ ਨੂੰ ਮੰਨਣਾ ਹਰ ਇੱਕ ਸਿੱਖ ਦਾ ਫਰਜ਼ ਹੈ ਸਾਧ ਸੰਗਤ ਅੱਜ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਵੀ ਰਾਜਨੀਤਿਕ ਹੋ ਗਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਬਦਲੇ ਗਏ ਨੇ ਤੇ ਉਹਦੇ ਵਿੱਚੋਂ ਰਾਜਨੀਤੀ ਝਲਕਦੀ ਹੈ ਪੂਰਨ ਪ੍ਰੋਪਰ ਤੌਰ ਤੇ ਰਾਜਨੀਤੀ ਉਹਦੇ ਵਿੱਚੋਂ ਰਾਜਨੀਤੀ ਝਲਕਦੀ ਹੈ ਸਾਧ ਸੰਗਤ ਜਿਸ ਤਰ੍ਹਾਂ ਰਾਜਨੀਤੀ ਹੋਈ ਹੈ ਨਾ ਇਹ ਰਾਜਨੀਤੀ ਬਹੁਤ ਮਾੜੀ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲਣਾ ਇਹ ਬਹੁਤ ਮੰਦ ਭਾਗਾ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲਣਾ ਇਹ ਬਹੁਤ ਮੰਦ ਭਾਗਾ ਰਿਹਾ ਹੈ ਸਾਧ ਸੰਗਤ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਮੈਂ ਬੇਨਤੀਆਂ ਪਹਿਲਾਂ ਵੀ ਕੀਤੀਆਂ ਨੇ ਗਿਆਨੀ ਰਗਵੀਰ ਸਿੰਘ ਨੂੰ ਜਥੇਦਾਰ ਬਣਾਇਆ ਗਿਆ ਦੇਖੋ ਪਹਿਲਾਂ ਬੜਾ ਰੌਲਾ ਪਿਆ ਹੈ ਕਿ ਜਥੇਦਾਰ ਲਫਾਫੇ ਵਿੱਚੋਂ ਨਿਕਲਦੇ ਨੇ ਜੀ ਕਿਉਂਕਿ ਬਾਦਲ ਪਰਿਵਾਰ ਫੈਸਲਾ ਕਰਦਾ ਵੀ ਕਿ ਨੂੰ ਜਥੇਦਾਰ ਬਣਾਉਣਾ ਹੈ ਕਿ ਨੂੰ ਨਹੀਂ ਬਣਾਉਣਾ ਇਹ ਤੇ ਸਾਰਿਆਂ ਨੂੰ ਪਤਾ ਹੈ ਨਾ ਆਪਾਂ ਨੂੰ ਲਗਭਗ ਆਪਾਂ ਸਾਰੇ ਜਾਣਦੇ ਆ ਇਸ ਵਿਸ਼ੇ ਨੂੰ ਤੇ ਕੋਈ ਵੀ ਭੁੱਲਿਆ ਨਹੀਂ ਹੋਇਆ ਇਸ ਗੱਲ ਨੂੰ ਹੁਣ ਗਿਆਨੀ ਰਗਵੀਰ ਸਿੰਘ ਨੂੰ ਬਣਾਇਆ ਜਾਣਾ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਦੇਣਾ ਤੇ এবੀ ਦੇ ਵਿੱਚ ਬਹੁਤ ਵੱਡੀ ਰਾਜਨੀਤੀ ਹੈ ਸਾਧ ਸੰਗਤ ਗੁਰੂ ਪਿਆਰੇਓ ਇਹਦੇ ਵਿੱਚ ਵੱਡੀ ਰਾਜਨੀਤੀ ਹੈ ਤੇ ਹੁਣ ਅਗਲਾ ਸਟੈਪ ਪਤਾ ਕੀ ਹੋਊਗਾ ਕਿਉਂਕਿ ਮੂਰੇ ਹੁਣ 2024 ਦੀਆਂ ਚੋਣਾਂ ਆ ਗਈਆਂ ਸਮਝ ਲਿਓ ਗੱਲ ਨੂੰ ਫਿਰ ਆਪਾਂ ਬਾਕੀ ਦੀ ਗੱਲ ਸਮਝਾਂਗੇ 24 ਦੀਆਂ ਚੋਣਾਂ ਆ ਗਈਆਂ ਤੇ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਹਾਰ ਚੁੱਕਿਆ ਅਕਾਲੀ ਦਲ ਫਿਰ ਸੰਗਰੂਰ ਜਿਮਨੀ ਚੋਣ ਹਾਰ ਗਿਆ ਫਿਰ ਜਲੰਧਰ ਜਿਮਨੀ ਚੋਣ ਹਾਰ ਗਿਆ ਹੁਣ ਕਿਸੇ ਵੀ ਕੀਮਤ ਤੇ ਉਹ ਚੋਣ ਹਾਰਨੀ ਨਹੀਂ ਚਾਹੁੰਦੇ ਜੋ 2024 ਦੀਆਂ ਚੋਣਾਂ ਨੇ ਜਿੱਤਣ ਹੈ ਟੀਚਾ ਇਹ ਹੋਈ ਹੈ 13 ਸੀਟਾਂ ਨੇ ਲੋਕ ਸਭਾ ਦੀਆਂ 13 ਦੇ 13 ਅਸੀਂ ਜਿੱਤੀਏ ਹੁਣ ਚਾਹੇ ਉਹਨਾਂ ਨੂੰ ਮੋਦੀ ਨਾਲ ਗੱਠ ਜੋੜ ਕਰਨਾ ਪੈ ਜੇ ਤੇ ਜਿਵੇਂ ਮਰਜ਼ੀ ਹੋ ਜੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਹਰ ਇੱਕ ਚੀਜ਼ ਕਰਨੀ ਪਊਗੀ ਹਰ ਇੱਕ ਵਸਤੂ ਉਹਨਾਂ ਨੂੰ ਕਰਨੀ ਪਊਗੀ ਉਹ ਕਰਨੇ ਨੇ ਹੱਥ ਕੰਡੇ ਸਾਰੇ ਅਪਣਾਉਣਗੇ ਸੋ ਬੇਨਤੀਆਂ ਮੈਂ ਸਾਂਝੀਆਂ ਕਰਾਂ ਸਾਧ ਸੰਗਤ ਕਿ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਬਦਲਿਆ ਗਿਆ ਕਿਉਂਕਿ ਉਹ ਹੁਣ ਪੰਥਕ ਧਿਰਾਂ ਨੂੰ ਅਪੀਲ ਕਰਨਗੇ ਕਿ ਬਾਦਲ ਪਰਿਵਾਰ ਆਪਣੀ ਗਲਤੀ ਮੰਨ ਚੁੱਕਿਆ ਹੈ ਤੇ ਬਾਦਲ ਪਰਿਵਾਰ ਦਾ ਕੋਈ ਦੋਸ਼ ਨਹੀਂ ਸਾਬਤ ਹੋਇਆ ਇਹ ਪੰਥ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਜਾਂ ਤੇ ਵਰਤਨ ਮਨਜਨ ਦੀ ਸੇਵਾ ਲਾ ਦਿੱਤੀ ਜਾਊਗੀ ਜਾਂ ਫਿਰ ਝਾੜੂ ਮਾਰਨ ਦੀ ਜਾਂ ਫਿਰ ਪਾਠ ਕਰਨ ਦੀ ਤੇ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਉਹਨਾਂ ਨੂੰ ਇਹੋ ਜਿਹੀ ਕੋਈ ਸਜ਼ਾ ਸੁਣਾਈ ਜਾਣੀ ਹੈ ਜਿਹੜੀ ਕਿ ਆਮ ਸੰਗਤ ਦੇ ਵਿੱਚ ਰਹਿ ਕੇ ਲੋਕਾਂ ਦੀ ਨਿਗਾਹ ਦੇ ਵਿੱਚ ਕੀਤੀ ਜਾਵੇ ਸਾਧ ਸੰਗਤ ਇੱਕ ਬਹੁਤ ਵੱਡਾ ਚੋਣਵੀ ਤੇ ਰਾਜਨੀਤਿਕ ਸਟੰਟ ਹੈ ਲੋਕਾਂ ਦਾ ਭਰੋਸਾ ਜਿੱਤਿਆ ਜਾਊਗਾ ਅਕਾਲ ਤਖਤ ਲੋਕਾਂ ਦੇ ਮਨ ਵਿੱਚ ਗੱਲ ਪਾਈ ਜਾਊਗੀ ਵੀ ਇਹਨਾਂ ਨੂੰ ਤੇ ਅਕਾਲ ਤਖਤ ਸਹਿਬ ਤੋਂ ਮਾਫੀ ਦਿੱਤੀ ਜੀ ਇਹ ਤੇ ਅਕਾਲ ਤਖਤ ਸਹਿਬ ਵੱਲੋਂ ਬਖਸ਼ੇ ਹੋਏ ਨੇ ਜੀ ਇਹਨਾਂ ਨੂੰ ਮਾਫੀ ਦਿੱਤੀ ਚਲੋ ਜੀ ਹੁਣ ਕੋਈ ਗੱਲ ਨਹੀਂ ਇਹ ਪੰਥ ਦਰਦੀਏ ਨੇ ਸੁਚਾ ਸਿੰਘ ਲੰਗਾ ਨੂੰ ਪਹਿਲਾਂ ਪੰਥ ਚੋਂ ਛੇਕਤਾ ਤੇ ਫਿਰ ਉਹਨੂੰ ਪੰਥ ਚ ਸ਼ਾਮਲ ਕਰ ਲਿਆ ਇਹਨਾਂ ਨੇ ਖੇਡ ਹੀ ਬਣਾ ਰੱਖੀ ਐ ਜਾਦੀ ਮਰਜ਼ੀ ਪੰਥ ਚੋਂ ਕੱਢ ਦਿਓ ਜਦੋਂ ਮਰਜ਼ੀ ਉਹਨੂੰ ਪੰਥ ਚ ਸ਼ਾਮਲ ਕਰ ਦਿਓ ਸਾਡਾ ਤੇ ਇਤਿਹਾਸ ਰਿਹਾ ਜਿਹਨੂੰ ਪੰਥ ਚੋਂ ਇੱਕ ਵਾਰੀ ਛੇਕਤਾ ਸੋ ਛੇਕਤਾ ਤੇ ਮੁੜ ਕੇ ਨਹੀਂ ਉਹਨੂੰ ਕੱਢਿਆ ਜਿਹਨੂੰ ਪੰਥ ਚੋਂ ਇੱਕ ਵਾਰੀ ਕੱਢਤਾ ਸੋ ਕੱਢਤਾ ਉਹਨੂੰ ਮੁੜ ਕੇ ਨਹੀਂ ਵਿੱਚ ਸ਼ਾਮਲ ਕੀਤਾ ਅਸੀਂ ਤੇ ਇੱਕ ਵਾਰੀ ਜਿਹਨੂੰ ਕੱਢਤਾ ਦੁਬਾਰੇ ਇਸ ਤੇ ਪੰਥ ਦੇ ਵਿੱਚ ਸ਼ਾਮਲ ਕਰਨ ਦੀ ਮਿੰਟੀ ਮਾਰਦੇ ਆ ਜੀ ਚੱਲ ਵੀ ਆ ਜਾ ਕੋਈ ਗੱਲ ਨਹੀਂ ਹੁਣ ਤੇ ਗਲਤੀ ਹੋ ਗਈ ਮaaf ਕਰ ਦੇਾਂਗੇ ਕੋਈ ਗੱਲ ਨਹੀਂ ਇਹੋ ਹੀ ਗੱਲਾਂ ਹੁੰਦੀਆਂ ਨੇ ਨਾ ਸਾਥ ਸੰਗਤ ਅਸੀਂ ਇਦਾਂ ਹੀ ਕਰਦੇ ਆ ਨਾ ਇਦਾਂ ਹੀ ਵੇਖਦੇ ਆ ਸੋ ਇਦਾਂ ਹੀ ਸੁਖਵੀਰ ਸਿੰਘ ਬਾਦਲ ਹੋਰਾਂ ਨਾਲ ਹੋਊਗਾ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲਿਆ ਗਿਆ ਅੰਮ੍ਰਿਤਪਾਲ ਸਿੰਘ ਦੀ ਉਹਨੇ ਸਪੋਰਟ ਕੀਤੀ ਉਹਨਾਂ ਨੇ ਐਨਐਸਏ ਦਾ ਵਿਰੋਧ ਕੀਤਾ ਠੀਕ ਹੈ ਇੱਕ ਗਲਤੀ ਉਹਨਾਂ ਤੋਂ ਹੋ ਗਈ ਉਹ ਗਏ ਜੀ ਰਾਗਵ ਚੱਡਾ ਦੀ ਮੰਗਣੀ ਦੇ ਵਿੱਚ ਇਹ ਜਥੇਦਾਰ ਸਾਹਿਬ ਦਾ ਨਿੱਜੀ ਫੈਸਲਾ ਸੀ ਇੱਕ ਉਹਨਾਂ ਦਾ ਨਿੱਜੀ ਫੈਸਲਾ ਬੁਲਾਵਾ ਉਹਨਾਂ ਨੂੰ ਭੇਜਿਆ ਗਿਆ ਜਾਣਾ ਨਾ ਜਾਣਾ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਚਲੋ ਕੋਈ ਗੱਲ ਨਹੀਂ ਵੈਸੇ ਬਹਾਨਾ ਇਹ ਨਹੀਂ ਪਤਾ ਵੀ ਇਹਨਾਂ ਨੇ ਭੇਜਿਆ ਹੋਵੇ ਜਾਣ ਬੁੱਝ ਕੇ ਵੀ ਚਲੇ ਜਾਓ ਬਾਅਦ ਵਿੱਚ ਸਟੈਂਡ ਹੋਰ ਖੜਾ ਕਰ ਲਿਆ ਵੀ ਕਿਉਂ ਗਏ ਜੀ ਕਿਉਂਕਿ ਇੱਕ ਤੇ ਓਪੋਜੀਸ਼ਨ ਹੈ ਉਹਨਾਂ ਦੇ ਨਾਲ ਇਹਨਾਂ ਦਾ ਹੀ ਬੰਦਾ ਜਿਹੜਾ ਉਹ ਤਾਲਮੇਲ ਖਾਵੇ ਇਹ ਗੱਲਾਂ ਇਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਕਰਕੇ ਬਦਲ ਦਿੱਤਾ ਗਿਆ ਦੂਜੀ ਗੱਲ ਸਾਧ ਸੰਗਤ ਗਿਆਨੀ ਰਗਵੀਰ ਸਿੰਘ ਨੂੰ ਆਪਣਾ ਮਨਮਰਜ਼ੀ ਦਾ ਜਥੇਦਾਰ ਚੁਣ ਕੇ ਲਾਇਆ ਗਿਆ ਕਿਉਂਕਿ ਪੰਥ ਦੇ ਵਿੱਚ ਸ਼ਾਮਲ ਕਰੋ ਜੀ ਇਹਨਾਂ ਨੂੰ ਸਜ਼ਾ ਲਾ ਕੇ ਚਲੋ ਕੋਈ ਗੱਲ ਨਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਪਾ ਦਿਓ ਕਿ ਇਹ ਲੋਕ ਪੰਥ ਵੱਲੋਂ ਬਖਸ਼ੇ ਗਏ ਨੇ ਪੰਥਦਰਦੀ ਨੇ ਤੇ ਇਹਨਾਂ ਲਈ ਇਸ ਕਰਕੇ ਇਹਨਾਂ ਨੂੰ 2024 ਦੀਆਂ ਇਲੈਕਸ਼ਨ ਦੇ ਵਿੱਚ ਆਪਾਂ ਜਿਤਾਉਣਾ ਹੈ ਇਹ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਹੋਣ ਜਾ ਰਹੀਆਂ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਹੱਥੋਂ ਜਾਣੀ ਨਹੀਂ ਚਾਹੀਦੀ ਇਹ ਸਭ ਤੋਂ ਵੱਡਾ ਇੱਕ ਰੋਲ ਹੈ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣ ਦਾ ਇਹੋ ਹੀ ਸਭ ਤੋਂ ਵੱਡੀ ਕਾਰਜਕਾਰੀ ਹੈ ਸਾਧ ਸੰਗਤ ਜਥੇਦਾਰ ਸਾਹਿਬ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਤੇ ਸਜ਼ਾ ਦੇ ਦਿੱਤੀ ਗਈ ਇੱਕ ਬਹਾਨਾ ਬਣਾ ਲਿਆ ਗਿਆ ਕਿ ਤੁਸੀਂ ਉਥੇ ਜਾਏ ਤਾ ਤੁਹਾਨੂੰ ਬਰਖਾਸਤ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਹਾਨਾ ਬਣਾ ਲਿਆ ਕਿ ਤੁਸੀਂ ਦਮਦਮਾ ਸਾਹਿਬ ਦੇ ਜਥੇਦਾਰੋਂ ਜੀ ਉੱਥੇ ਰਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਨਹੀਂ ਕਿਉਂਕਿ ਅਕਾਲ ਤਖਤ ਸਾਹਿਬ ਸਰਮੌਰ ਹੈ ਜੀ ਕਾਰਨ ਇਹ ਬਣਿਆ ਸਾਧ ਸੰਗਤ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਕੁਝ ਚੀਜ਼ਾਂ ਜਿਹੜੀਆਂ ਇਹ ਲੋਕ ਕਰ ਰਹੇ ਨੇ ਇਹੋ ਹੀ ਚੀਜ਼ਾਂ ਇਹਨਾਂ ਲੋਕਾਂ ਨੂੰ ਲੈ ਡੁੱਬਣਗੀਆਂ ਇਹੋ ਚੀਜ਼ਾਂ ਲੈ ਕੇ ਡੁੱਬਣਗੀਆਂ ਇਹੀ ਸਭ ਤੋਂ ਵੱਡਾ ਕਾਰਨ ਹੈ ਸਾਧ ਸੰਗਤ ਸੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ